ਸਤਿ ਸ਼੍ਰੀ ਅਕਾਲ, ਆਪ ਸਭ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਜਸ ਕੈਮਰੇ ਦੀ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਅਮਰੀਕਾ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਕੀ ਕੁਝ ਹੋਇਆ, ਕਿਹੜੇ ਕਿਹੜੇ ਪ੍ਰੋਗਰਾਮ ਐਸੇ ਸੀ ਜਿੱਥੇ ਇੰਡੀਅਨ ਕਮਿਊਨਿਟੀ ਦੇ ਲੋਕ ਵੱਧ ਚੜ੍ਹ ਕੇ ਸ਼ਾਮਿਲ ਹੋਏ, ਪੰਜਾਬੀ ਭਾਈਚਾਰੇ ਦੇ ਲੋਕ ਵੀ ਉਹਦੇ 'ਚ ਜਾ ਕੇ ਸ਼ਾਮਿਲ ਹੋਏ, ਪ੍ਰੋਗਰਾਮ ਕੀਤੇ ਔਰ ਪੰਜਾਬੀ ਸੱਭਿਆਚਾਰ ਔਰ ਵਿਰਾਸਤ ਨੂੰ ਇੱਕ ਤਰ੍ਹਾਂ ਦਾ ਨਵੀਂ ਰੂਪ ਆਉਣ ਦਾ ਇਹ ਸਾਰੇ ਉਪਰਾਲੇ ਕੀਤੇ ਗਏ। ਅਤੇ ਆਓ ਹੁਣ ਇਸ ਸਫ਼ਰ ਨੂੰ ਜਾਰੀ ਰੱਖਦੇ ਹੋਏ ਤੁਹਾਨੂੰ ਸਾਰਿਆਂ ਨੂੰ ਲੈ ਚੱਲਦੇ ਹਾਂ ਨਿਊਯਾਰਕ ਦੇ ਗਲੈਨਕੋਵ ਗੁਰਦੁਆਰੇ ਦੇ ਵਿੱਚ, ਜਿੱਥੇ ਇੱਕ ਬਹੁਤ ਹੀ ਸ਼ਾਨਦਾਰ ਧਾਰਮਿਕ ਅਤੇ ਪੰਜਾਬੀ ਸੱਭਿਆਚਾਰ ਦੇ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਔਰ ਜਿੱਥੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ, ਸਿੱਖ ਭਾਈਚਾਰੇ ਦੇ ਲੋਕਾਂ ਨੇ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲਿਆ। ਇਹ ਪ੍ਰੋਗਰਾਮ ਸੀਗਾ ਟਰਬਨ ਫੈਸਟੀਵਲ, ਜਿੱਥੇ ਸਿੱਖ ਵਿਰਾਸਤ, ਸਿੱਖ ਸੱਭਿਆਚਾਰ ਔਰ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਜਿਹੜੀ ਸ਼ਾਨਦਾਰ ਇੱਕ ਪੇਸ਼ਕਾਰੀ ਕੀਤੀ ਗਈ ਉਹਦੀਆਂ ਤਸਵੀਰਾਂ ਆਓ ਹੁਣ ਵੇਖਦੇ ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਜੀ, ਇਹ ਸਾਡਾ 14th ਮੇਲਾ ਗਲੈਨਕੋਵ ਦੇ ਵਿੱਚ, ਜਿਹੜਾ ਅਸੀਂ ਹਰ ਸਾਲ ਵੈਸੇ ਜੂਨ 'ਚ ਮਨਾਉਂਦੇ ਹਾਂ, ਇਸ ਵਾਰੀ ਅਸੀਂ ਸਪਟੈਂਬਰ 'ਚ ਮਨਾ ਰਹੇ ਹਾਂ। ਸੰਗਤਾਂ ਆਈਆਂ ਨੇ, ਅਸੀਂ ਇਹਨਾਂ ਦਾ ਪਹਿਲੇ ਸਭ ਤੋਂ ਪਹਿਲੇ ਧੰਨਵਾਦ ਕਰੀਏ। ਮੈਂ ਕਹਾਂਗਾ ਪਹਿਲੇ ਤੁਸੀਂ ਇਹਨਾਂ ਦਾ ਧੰਨਵਾਦ ਕਰੋ, ਅਤੇ ਕੁਝ ਡਿਪਾਰਟਮੈਂਟਸ ਵੀ ਆਏ ਨੇ, ਸਿਟੀ ਮੇਅਰ ਵੀ ਆਇਆ ਸੀ ਕੁਝ ਦੇਰ ਪਹਿਲੇ ਇੱਥੇ, ਜਿਹੜੀ ਰਿਕਾਰਡਿੰਗ ਇਹਨਾਂ ਨੇ ਕੀਤੀ ਹੈ। ਆਪ ਜੀ ਕੁਝ ਸੰਗਤ ਦੇ ਰੂਪ ਨੂੰ ਹੋ ਕੇ ਤੇ ਜਸ ਪੰਜਾਬੀ ਦਾ ਵੀ ਧੰਨਵਾਦ ਹੈ। ਕਮਿਊਨਿਟੀ, ਵੀ ਵੈਲਕਮ ਆਲ ਆਫ ਯੂ ਹੇਅਰ ਐਜ਼ ਯੂ ਵੈਲਕਮ ਮੀ ਹੇਅਰ ਟੁਡੇ, ਐਂਡ ਵੀ ਰੀਅਲੀ ਅਪਰੀਸ਼ੀਏਟ ਦੈਟ, ਐਂਡ ਐਸ ਪਾਰਟ ਆਫ ਆਰ ਰੈਕਗਨੀਸ਼ਨ ਆਫ ਯੋਰ ਡੇ ਟੁਡੇ, we have a certificate of recognition for you, and it's my sincere appreciation to give this, and my honor to give this to you. Thank you so much. I really appreciate it. We appreciate having you. Thank you. It's an honor having all of you. We really appreciate you making the time. Thank you so much. Thank you. Thank you very much. ਰਾਜ ਕਰੇਗਾ।
राज करेगा। झूलते निशान रहे पंथ महाराज के, झूलते निशान रहे पंथ महाराज के। बोलो सतसंग जी, आज तुहाडी इत्थे रहनुमाई दे अंदर मैं इत्थे हैगा यूनाइटेड सिख सालियां दे ते मेरे नाल हैगे ने टोनी जी ते उहनां दी मिसेज। टोनी जी, तुसीं यूनाइटेड सिख नाल बड़े पुराने जुड़े हुए हो। मैं देख रहा कि तुसीं हुणे भी कह रहे सी जिहड़ा इत्थे हरिकन आया उहदी मदद कर रहे हो। इंडिया 'च भी यूनाइटेड सिख हर जगह ते पहुँची हुई है। मेरा जिहड़ा मकसद है, मैं तुहानूं पुछना चाहुंदा हां कि यूनाइटेड सिख जिहड़ी हैगी है इक जिहड़ी इंटरनेशनल काम कर रही है, उह मैनूं दस्सो कि तुसीं इंटरनेशनली किस तरह हुक्ड अप हैगे हो एक दूजे दे नाल। ਸਾਡੇ ਇੰਟਰਨੈਸ਼ਨਲ 11 ਚੈਪਟਰਸ ਹੈਗੇ ਨੇ ਡਿਫਰੈਂਟ ਕੰਟਰੀਜ਼ ਦੇ ਵਿੱਚ, ਅਤੇ ਸਾਡਾ ਕੋਪਰੇਟ ਆਫਿਸ ਇੱਥੇ US ਦੇ ਵਿੱਚ ਵੀ ਹੈ ਅਤੇ UK ਦੇ ਵਿੱਚ ਵੀ ਹੈਗਾ। ਸੋ ਵਾਲੰਟੀਅਰ ਸਾਡੇ ਆਲ ਅਕ੍ਰੋਸ ਦ ਗਲੋਬ ਸਾਰੇ ਪਾਸੇ ਨੇ। ਗੁਰੂ ਦਾ ਸਿੱਖ ਸਾਰੇ ਪਾਸੇ ਵਸਿਆ ਅਤੇ ਵਾਲੰਟੀਅਰ ਸਾਡੇ ਸਾਰੇ ਪਾਸੇ ਵਸੇ ਹੋਏ ਨੇ ਜਿੱਥੇ ਕਿਤੇ ਲੋੜ ਪੈਂਦੀ ਹੈ। ਇਹ ਤੁਹਾਡਾ ਸੀਰੀਅਨ ਬਾਰਡਰ 'ਤੇ ਦੇਖੋ, ਦੇਰ ਇਜ਼ ਲਾਟ ਆਫ ਵਰਕਿੰਗ ਡਨ ਰਾਈਟ ਦੇਅਰ। ਦਿਸ ਇਜ਼ ਇਨ ਸ਼ਿਲੌਂਗ ਕੇਰਲਾ। ਉਹ ਅਸੀਂ ਬੜਾ ਕੁਝ ਦੇਖਦੇ ਹਾਂ ਟੀਵੀਆਂ 'ਤੇ, ਸਭ ਕੁਝ ਦੇਖਦੇ ਹਾਂ। ਮੈਂ ਕਹਿੰਦਾ ਕਿ ਤੁਸੀਂ ਪਰਸਨਲੀ ਇੱਕ ਸਿੱਖ ਕਮਿਊਨਿਟੀ ਨੂੰ ਜਿਹੜੀ ਇਹਦੇ ਨਾਲ ਅਵੇਅਰ ਨਹੀਂ ਹੈਗੀ, ਉਹਨੂੰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਸਾਡੀ ਵੈਬਸਾਈਟ 'ਤੇ ਜਾਓ, ਜ਼ਰੂਰ ਰਜਿਸਟਰ ਕਰੋ, ਵਾਲੰਟੀਅਰ ਬਣੋ, ਰਜਿਸਟਰ ਕਰੋ, ਸੋ ਯੂ ਕੀਪ ਗੈਟਿੰਗ ਦਾ ਅਪਡੇਟ। ਅਸੀਂ ਫੇਸਬੁੱਕ 'ਤੇ ਵੀ ਹੈਗੇ ਹਾਂ, ਲਿੰਕਡਇਨ 'ਤੇ ਵੀ ਹੈਗੇ ਹਾਂ, ਐਵਰੀ ਸੋਸ਼ਲ ਮੀਡੀਆ ਸਾਡੀ ਨਾਲੋ ਨਾਲ ਅਪਡੇਟਸ ਜਾਂਦੀਆਂ ਨੇ। ਸਬਸਕ੍ਰਾਈਬ ਕਰੋ, ਸੋ ਯੂ ਸ਼ੁੱਡ ਬੀ ਅਵੇਅਰ ਕਿ ਸਾਡੀ ਕਮਿਊਨਿਟੀ ਕਿੱਥੇ ਕਿੱਥੇ ਪਹੁੰਚ ਕੇ ਸੇਵਾ ਕਰ ਰਹੀ ਹੈਗੀ ਹੈ ਗੁਰੂ ਦਾ। ਇਹ ਜਿਹੜੀ ਸੇਵਾ ਹੈਗੀ ਹੈ, ਇਸ ਸੇਵਾ ਦੇ ਅੰਦਰ ਕਿਸੇ ਕੋਲੋਂ ਤੁਸੀਂ ਕੋਈ ਕਿਸੇ ਕੋਲ ਕੋਈ ਜਿਹਨੂੰ ਕਰਨ ਜਾ ਰਹੇ ਹੋ ਉਹਦੇ ਕੋਲ ਕੁਝ ਡਿਮਾਂਡ ਨਹੀਂ ਕਰਦੇ? ਕੁਝ ਨਹੀਂ ਡਿਮਾਂਡ ਕਰਦੇ। ਮੈਂ ਚੇਜ਼ ਬੈਂਕ ਦੇ ਨਾਲ ਉਹਨਾਂ ਦੀ ਰੈਜ਼ੀਡੈਂਸ਼ੀਅਲ ਮੌਰਗੇਜ ਸੈਕਸ਼ਨ ਵਿੱਚ ਉਹਨਾਂ ਨੂੰ ਡੀਲ ਕਰਨਾ, ਅਤੇ ਉਹਨਾਂ ਦੇ ਨਾਲ ਮੈਨੂੰ 5 ਸਾਲ ਹੋ ਗਏ ਕੰਮ ਕਰਦੇ ਹਾਂ, ਅਤੇ ਆਈ ਕੈਨ ਅਸਿਸਟ ਆਪਣੀ ਕਮਿਊਨਿਟੀ ਨੂੰ। ਕਿਸੇ ਵੀ ਤਰ੍ਹਾਂ ਦੀ ਮੌਰਗੇਜ ਲੈਣੀ ਹੋਵੇ, ਉਹਨਾਂ ਨੇ ਘਰ ਲੈਣਾ ਹੋਵੇ, ਨਵੇਂ ਲੋਨ ਜਾਂ ਰੀਫਾਈਨੈਂਸ ਕਰਨਾ ਹੋਵੇ, ਕੋਈ ਡੈਟ ਕੰਸੋਲੀਡੇਸ਼ਨ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ, ਜਾਂ ਉਹਨਾਂ ਨੇ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੋਣ, ਅਤੇ ਆਈ ਕੈਨ ਅਸਿਸਟ ਦੈਮ and I can do loans all over US, not just New York, and I can do any state all over the United States. ਐਨੂੰ ਅੰਕਲ ਨੂੰ ਪੁੱਛ, ਅੰਕਲ ਕਿੰਨੇ ਵਾਰੀ ਘੁਮਾਵਾਂ? ਪੰਜ ਵਾਰੀ ਘੁਮਾ, 1, 2, 3, 4, 5, ਉਹ ਤੂੰ ਤਾਂ 6 ਵਾਰੀ ਘੁਮਾ ਦਿੱਤਾ ਜੀ, ਪਰਚੀਆਂ ਇੰਨੀਆਂ ਨਹੀਂ ਹੈਗੀਆਂ। ਉਹ ਇੱਕ ਕੱਢ ਕੇ ਨਾ ਅੰਕਲ ਨੂੰ ਫੜਾ ਦੇ, ਇੱਕ ਕੱਢ ਅਤੇ ਅੰਕਲ ਨੂੰ ਫੜਾ ਦੇ। ਉਹ ਵਾਹ ਵੀ, ਇਹ ਮੁੰਡਾ ਆਇਆ ਕੱਢਣ ਵਾਲਾ। ਬੋਲੇ ਸੋਨੇਹਾ, ਇਕਬਾਲ ਸਿੰਘ ਢਿੱਲੋਂ। ਓਹ ਢਿੱਲੋਂ ਸਾਹਿਬ ਕਿੱਥੇ ਨੇ? ਕੈਸ਼ ਪ੍ਰਾਈਜ਼ ਵਿਨਰ ਇਕਬਾਲ ਸਿੰਘ ਢਿੱਲੋਂ, ਕੈਸ਼ ਪ੍ਰਾਈਜ਼ ਵਿਨਰ $5,000। ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ ਇਕਬਾਲ ਸਿੰਘ ਢਿੱਲੋਂ, ਕੈਸ਼ ਪ੍ਰਾਈਜ਼ $5,000। ਇਕਬਾਲ ਸਿੰਘ ਜੀ, ਤੁਸੀਂ ਮੇਲੇ 'ਚ ਕਦੋਂ ਤੋਂ ਆ ਰਹੇ ਹੋ? ਫਸਟ ਟਾਈਮ ਆਇਆ ਜੀ। ਓਹੇ, ਪਹਿਲੀ ਵਾਰੀ? ਵਾਹ ਜੀ ਵਾਹ, ਔਰ ਕਿੱਥੋਂ ਆਏ? ਪਹਿਲੀ ਵਾਰੀ
ਹਿੰਦੁਸਤਾਨ ਚ ਸੋਚ ਕੇ ਚੜੇ ਸੀ ਫਿਊਚਰ ਬ੍ਰਾਈਟ ਹੈ, ਮਗਰ ਹਜੇ ਤੱਕ ਫਟੂਰਾ ਹੀ ਨਹੀਂ ਹੋਇਆ ਬ੍ਰਾਈਟ ਸਾਡਾ। ਬਾਈ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ, ਸਾਡਾ ਤਾਂ ਫਟੂਰਾ ਹੀ ਜਾਂਦਾ ਰਿਹਾ ਤੇ ਕੋਈ ਗੱਲ ਨੀ। ਆ ਲਓ ਜੀ 5000 ਸੰਭਾਲੋ ਇਹਨਾਂ ਨੂੰ। ਤੇ ਆਓ ਜੀ ਹੁਣ ਰੁੱਖ ਕਰਦੇ ਹਾਂ ਫੇਅਰਫੈਕਸ ਵਰਜੀਨੀਆ ਦਾ, ਜਿੱਥੇ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਬੜੀ ਹੀ ਸ਼ਰਧਾ ਔਰ ਉਤਸ਼ਾਹ ਨਾਲ ਸੰਗਤਾਂ ਨੇ ਮਨਾਇਆ। ਸਰਬਕ ਸਿੰਘ ਮੰਕੂ ਜੋ ਸਾਡੇ ਰਿਪੋਰਟਰ ਉੱਥੇ ਨੇ, ਉਹਨਾਂ ਨੇ ਇੱਕ ਖਾਸ ਰਿਪੋਰਟ ਭੇਜੀ ਹੈ। ਸਤਿਗੁਰੂ ਨੇ ਪਾਇਆ, ਸਤਿਗੁਰੂ ਪਾਇਆ ਸਹਿਜ ਸੇਤੀ ਮਾਇਆ।